दुनिया ना चलना तो चलो प्यारे, मैं दुनिया ना नहीं जाना। मैनू मौज सोने यार दी, कि मैनू मौज सोने यार दी, सारी दुनिया तो असा की मैना, ये सानू मौज सोने यार दी, सारी दुनिया तो असा दुकान लगे हैं।
ਹਰ ਚੀਜ਼ ਦਿਖਾਉਣ, ਦੂਸਰੇ ਨੂੰ ਸਮਝਾਉਣ ਯਾਰ ਫਲਾਨਾ ਦਿਖਾਈ ਜਾਂਦਾ। ਕਦੇ ਕਦੇ ਆਪਣੇ ਆਪ ਨੂੰ ਕੱਲਾ ਲੈ ਕੇ ਦੇਖੋ ਕੀ ਦਿਖਾ ਦੇ, 24 ਘੰਟੇ ਦਿਖਾਈ ਹੈ। ਮਹਾਰਾਜ ਜੀ ਨੇ ਤਾਂ ਵਚਨ ਕੀਤਾ ਸੀ ਕਿ ਤੁਹਾਨੂੰ ਮਸਤੀ ਆਏਗੀ, ਮਸਤੀ ਵਾਲਾ ਹੁਣ ਕੁਛ ਬੋਲਣ ਦੀ ਜ਼ਰੂਰਤ ਨਹੀਂ। ਇੱਥੇ ਕੀ ਬੋਲਣਾ, ਮੈਨੂੰ ਪਤਾ ਸਾਰਿਆਂ ਨੂੰ ਪਸੰਦ ਨਹੀਂ ਆਉਣ ਵਾਲਾ, ਕਿਉਂਕਿ ਸਾਰੀ ਇੰਦਰੀਆਂ ਜਦੋਂ ਰਸ ਰਸ ਆਉਂਦਾ ਉਹ ਰਸ ਵਿੱਚ ਅਸੀਂ ਫਿਰ ਬੜਾ ਕੁਛ ਕਰਦੇ ਹਾਂ, ਸਭ ਭੁੱਲਿਆ। ਹੁਣ ਵਿਚਾਰੀ ਆਏ ਮੂੰਹ ਤੇ ਮੂੰਹ ਤੇ ਡਿੱਗੀਆਂ ਪਈਆਂ, ਵੇਖ ਕੇ ਪਈਆਂ ਨੇ ਮੂੰਹ ਤੇ ਮੂੰਹ ਚ ਡਿੱਗੀਆਂ, ਵੇਖ ਕੇ ਸੱਚ ਹੀ ਹੈ ਬੱਚੇ। ਨਾਲ ਇੱਕ ਲੜਕੀ ਹੈ ਮੇਰੇ ਪਿੰਡ ਵੀ ਚਲਾਉਂਦੀ ਆ, ਗੁੱਸਾ ਕਰ ਲੈਂਦੇ ਬੱਚੇ, ਕਿਉਂਕਿ ਤੁਸੀਂ ਪਿਆਰ ਤਾਂ ਕਰੋ ਡਾਂਟ ਵਾਲੀ ਗੱਲ ਉਸ ਕਈ ਵਾਰ ਰਸਤੇ ਜਾਂਦੇ ਆਉਂਦੇ ਇੱਕ ਪਾਸੇ ਗੱਡੀ ਜਾ ਰਹੀ ਹੁੰਦੀ ਇੱਕ ਪਾਸੇ ਆ ਰਹੀ ਹੁੰਦੀ ਹੈ, ਤਾਂ ਮੇਰੀ ਹਮੇਸ਼ਾ ਗੱਲ ਹੁੰਦੀ ਹੈ ਬੱਚੇ ਆਪਣਾ ਰਸਤਾ ਇਹ ਆ ਜੋ ਆਪਾਂ ਨੂੰ ਉਸ ਕਾਨੂੰਨ ਨੇ ਦਿੱਤਾ ਹੋਇਆ, ਇਹ ਆਉਣ ਵਾਲਿਆਂ ਦਾ ਵੀ ਜਦੋਂ ਤੁਸੀਂ ਇੱਦਾਂ ਇੱਦਾਂ ਕਰਦੇ ਹੋ ਤਾਂ ਆਉਣ ਵਾਲਾ ਤੁਹਾਨੂੰ ਲਾਈਟਾਂ ਦਿੰਦਾ ਕਿ ਬਈ ਪਰੇ ਹਟ ਜਾ, ਤੇ ਤੂੰ ਆਪ ਕਿਸੇ ਨੂੰ ਸਮਝਾਵੇਂ ਕਿ ਆਏ ਨਾ ਕਰੋ ਤੇ ਆਪਦਾ ਨਹੀਂ ਪਤਾ ਕਿ ਮੈਂ ਕੀ ਕਰਦਾ ਪਿਆ। ਹੁਣ ਇੱਥੇ ਤਾਂ ਕਿਸੇ ਨੇ ਨਹੀਂ ਪੁੱਛਣਾ, ਉੱਥੇ ਤਾਂ ਪਿਆਰੇ ਗੱਲ ਤੇਰਾ ਦੇਖਿਆ ਗਿਆ ਪੁੱਛਿਆ ਜਾਏ, ਤੇ ਜੇ ਸਾਰੇ ਤਾਂ ਸੋਚ ਰਹੇ ਵੀ ਆਹ ਰਸਤਾ ਮੇਰਾ ਆ ਉਹਨਾਂ ਦਾ, ਤਾਂ ਮੈਨੂੰ ਲੱਗਦਾ ਕੋਈ ਐਕਸੀਡੈਂਟ ਵੀ ਨਾ ਹੋਵੇ, ਤੇ ਉਹ ਆਪੇ ਨਹੀਂ ਸਾਰੇ ਗੱਲਾਂ ਤਾਂ ਛੋਟੀਆਂ ਛੋਟੀਆਂ ਨੇ, ਟਾਈਮ ਵੀ ਹੋਣ ਵਾਲਾ। ਇਸ ਕਰਕੇ ਮੈਂ ਤੁਹਾਨੂੰ ਇਹੀ ਕਹੂੰਗੀ ਜੇ ਮੌਕਾ ਮਿਲਿਆ ਸਤਪੁਰਸ਼ਾਂ ਦਾ ਤਾਂ ਕੋਈ ਨੇੜਿਆਂ ਦਾ ਵਣਜ ਕਰ ਲਓ, ਕੀ ਧੱਕੇ ਚ ਮਾਰੀ ਜਾਂਦੀ। ਇਹਦਾ ਨਾ ਕਰਿਆ ਕਰ ਪਿਆ ਕਿਵੇਂ ਲੋਕ ਨੂੰ ਦੇਖੇ, ਉਹ ਫੋਨ ਵੀ ਸਾਡੇ ਪਿਤਾ ਸਮਾਨੇ ਆ ਰਹੇ ਨੇ, ਆਪਾਂ ਜਿਹੜਾ ਰਸਤਾ ਲੈ ਕੇ ਪਿੱਛੇ ਹਟ ਗਏ, ਜਾਂ ਫਿਰ ਲਿਖ ਦੇ ਕਿ ਸਤਸੰਗ ਦੇ ਵਿੱਚ ਫੋਟੋਆਂ ਦੀ ਭੰਡਾਰ ਹੋਏਗਾ, ਭੁਮਾਰ ਲੱਗੇਗੀ, ਜਾਂ ਫਿਰ ਇਹ ਸੋਚ ਲਿਖ ਦੇ ਨਾਲ ਤਾਂ ਕਿ ਪਤਾ ਲੱਗ ਜਾਂਦਾ ਟਾਈਮ ਨਾਲ ਆਉਣਾ, ਕਿਉਂਕਿ ਸੱਚ ਝੂਠ ਦੇ ਨਾਲ ਮੇਲ ਨਹੀਂ ਖਾਂਦਾ। ਤੁਸੀਂ ਨਾਮ ਸਤਸੰਗ ਰੱਖਿਆ ਸੀ, ਇਸ ਕਰਕੇ ਮੈਂ ਸੱਚ ਹੀ ਬੋਲੀ ਹਾਂ। ਤਾਂ ਬੜਾ ਕੁਛ ਮਿਲ ਜਾਂਦਾ ਗੱਲਾਂ ਨਾਲ ਨਹੀਂ ਕਮਾਈ ਨਾਲ, ਕੋਈ ਇੱਕ ਵਚਨ 8 ਦਿਨ ਚ ਜੇ ਤੁਸੀਂ ਸੁਣਿਆ ਤਾਂ ਕੋਈ ਤੁਹਾਡੇ ਤੋਂ ਵਿਰਲਾ ਹੋਣਾ, ਪਰੇ ਪਰੇ ਹੋਊਗਾ, ਉਹ ਵੀ ਮੈਂ ਇੰਨਾ ਵੀ ਕਹਿ ਲਓ ਉਹ ਕੋਲੇ ਕੋਲੇ ਨਹੀਂ ਹੋਊਗਾ, ਪਰੇ ਪਰੇ ਹੋਊਗਾ, ਜਿਸਨੇ ਕੁਛ ਸੁਣਿਆ ਹੋਇਆ ਜਿਸਨੇ ਕੁਛ ਇੰਪਲੀਮੈਂਟ ਵੀ ਕਰਨਾ ਹੋਇਆ ਕਿ ਮੈਂ ਇਸ ਵਚਨ ਨੂੰ ਘੁਮਾਊਂਗਾ। ਮੈਂ ਕਹਿੰਦੀ ਹਾਂ ਕਿ ਇੱਥੇ ਚੱਲ ਜੂ ਬੇਟਾ, ਇਹ ਥੋੜੇ ਦਿਨ ਦੀ ਖੇਡ ਆ ਬੇਟਾ, ਇਹ ਥੋੜੇ ਦਿਨ ਦੀ ਖੇਡ ਆ, ਅੱਗੇ ਪੂਰਾ ਪਰਚਾ ਆਏਗਾ, ਫਿਰ ਕੀ ਜਵਾਬ ਦੇਣਾ, ਫਿਰ ਕੀ ਕਰੇਗਾ। ਜਦੋਂ ਵੀ ਅਸੀਂ ਝੂਠ ਬੋਲਦੇ, ਕਿਤੇ ਅੱਜ ਕੱਲ੍ਹ ਮਸ਼ੀਨ ਆ ਗਈ ਚੈੱਕ ਕਰ ਲੈਂਦੀ ਬੰਦਾ ਝੂਠ ਬੋਲਦਾ ਹੋਵੇ ਤਾਂ ਕੁਛ ਰੁਟੀਨ ਸਭ ਕੁਛ ਕਰਦੀ ਹੈ, ਤੇ ਵੈਸੇ ਤੁਸੀਂ ਦੇਖ ਲਓ ਜਦੋਂ ਤੁਸੀਂ ਝੂਠ ਬੋਲਦੇ ਹੋ ਤਾਂ ਉਸ ਦਾ ਚਿਹਰਾ ਸੱਚ ਬੋਲ ਕੇ ਮੌਜਾ ਕਰਦੇ, ਝੂਠ ਬੋਲ ਕੇ ਯਾਦ ਵੀ ਰੱਖਣਾ ਪੈਂਦਾ ਕਿ ਉਹਨੇ ਕੀ ਕਿਹਾ ਸੀ, ਕਿ ਅਗਲੀ ਵਾਰੀ ਕੁਛ ਹੋਰ ਹੀ ਨਾ ਕਹਿਣਾ, ਹੈਨਾ। ਬਸ ਮੇਰੀ ਇੰਨੀ ਕੀ ਬੇਨਤੀ ਹੈ ਕਿ ਕੁਛ ਜ਼ਿੰਦਗੀ ਦਾ ਲਾਹਾ ਖੱਟ ਲਓ ਪਿਆਰੇ, ਆਪਾਂ ਪਸ਼ੂਆਂ ਤੋਂ ਇਨਸਾਨ ਬਣੇ ਸੀ, ਆਪਾਂ ਮੁੜ ਕੇ ਪਸ਼ੂ ਤੋਂ ਬਣ ਗਏ, ਕਿ ਆਪਾਂ ਨੂੰ ਕਹਿਣਾ ਪੈਂਦਾ ਕਿ ਤੁਸੀਂ ਕਿੱਦਾਂ ਚੱਲਿਆ ਕਰੋ। ਕਿੰਨੀ ਵਾਰੀ ਪਾਪਾ ਜੀ ਨੇ ਕਿਹਾ ਵੀ ਤੁਸੀਂ ਬਾਹਰ ਚਲੇ ਜਾਓ, ਹੁਣ ਮੈਨੂੰ ਦੱਸੋ ਤੁਸੀਂ ਕੀ ਕਰਾਉਣਾ ਸੀ। ਇਹਨਾਂ ਗੱਲਾਂ ਨੇ ਸਾਡੀ ਦੂਰੀ ਪਾਈ। ਮੈਂ ਕਿਹਾ ਭਰਾਵਾ ਤੇਰਾ ਰਸਤਾ ਹੋਰ ਹੈ ਤੇ ਮੇਰਾ ਰਸਤਾ, ਇਸ ਮੇਲੇ ਤੋਂ ਨਿਕਲਣਾ ਪਏਗਾ, ਇੱਕ ਦਿਨ ਤੈਨੂੰ ਨਿਕਲਣਾ ਪਏਗਾ, ਹੋ ਸਕਦਾ ਨਿਕਲਣ ਲਈ ਕਈ ਜਨਮ ਲੱਗ ਜਾਣ, ਪਰ ਨਿਕਲਣਾ ਪਏਗਾ, ਪਰ
ਸਤਿਗੁਰ ਕਹਿੰਦੇ ਮੂਰਖ ਮਸਤ ਹੁੰਦਾ ਵਿੱਚ ਮਿਲਿਆ, ਮਿਲਣ ਚ ਮਸਤ ਹੋ ਜਾਂਦਾ। ਪਰ ਕੀ ਕਰ, ਹੋਕਾ ਬਜਾਣੀ ਕੋਈ ਸਾਂਢੋ ਨਹੀਂ, ਕੋਈ ਇੱਕ ਵੀ ਇਵਨ ਮੇਰੇ ਕੋਲ ਰਹਿਣ ਵਾਲੇ ਬੱਚੇ ਵੀ ਖੁਸ਼ੀ ਗੁਜ਼ਾਰ ਕਹੋ ਤਾਂ ਦੋ ਦੋ ਤਿੰਨ ਤਿੰਨ ਦਿਨ ਉਹਨਾਂ ਨੂੰ ਆਏ ਹੁੰਦਾ ਵੀ ਕੋਲੇ ਹੀ ਨਾ ਜਾਓ। ਇਹ ਕਿਹੜਾ ਸੁਣੇ, ਹੌਲੀ ਹੌਲੀ ਸਤਿਗੁਰ ਮਿਲ ਕਰਦਾ ਕਿ ਤੋੜ ਲੈ ਤਾਂ ਜ਼ਿੰਦਗੀ ਰਹੀ ਤੋੜ ਲੈ। ਕਦੋਂ ਦਾ ਕਹਿੰਦਾ ਆਉਂਦਾ ਕਿ ਇੱਥੇ ਤੇਰੀ ਕੋਈ ਚੀਜ਼ ਨਾ, ਕਿ ਇੱਥੇ ਤੇਰੀ ਕੋਈ
ये मैं सुन गया और रुक गया भाई Thank you.
Yeah.